ਗੁਰਦਾਸਪੁਰ ਦੇ ਦੋ ਮੰਦਰਾਂ ਵਿੱਚ 15 ਸਤੰਬਰ ਨੂੰ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ। ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਰਕੇਸ਼ ਕੁਮਾਰ ਉਰਫ ਦਾਣਾ ਵਾਸੀ ਹੈਬਵਾਲ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਸ ਪਾਸੋਂ 2 ਮੋਟਰਸਾਈਕਲ, 1 ਸੋਨੇ ਦੀ ਨੱਥ ਅਤੇ 4,000 ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਆਰੋਪੀ ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿੱਚ ਹੀ ਪਠਾਨਕੋਟ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ ਸੀ। ਲਵਪ੍ਰੀਤ ਖੁਸ਼ਪੁਰ ਦੀ ਰਿਪੋਰਟ। ਤਕਰੀਬਨ ਇਸ ਬਿਬਨਗਰ ਏਰੀਏ ਵਿੱਚ ਮੰਦਰਾਂ ਵਿੱਚ ਪਿਛਲੇ ਦਰਮਿਆਨ ਕੋਈ ਚੋਰੀਆਂ ਹੋਈਆਂ ਸੀ। ਸੋ ਮਿਤੀ 15/9/2024 ਨੂੰ ਦਰਮਿਆਨੀ ਰਾਤ ਨੂੰ ਪਿੰਡ ਸਿੱਧਪੁਰ, ਪਿੰਡ ਬਿਆਨਪੁਰ ਦੇ ਮੰਦਰਾਂ ਵਿੱਚੋਂ ਕੁਝ ਪੈਸੇ ਤੇ ਸੋਨੇ ਦੀ ਨੱਥ ਚੋਰੀ ਹੋਈ ਸੀ। ਲਵ ਕੁਮਾਰ ਵਾਸੀ ਬਿਆਨਪੁਰ ਦੇ ਦਾਣਾ ਦਾ ਮੁਕਦਮਾ ਦਰਜ ਹੋਇਆ ਸੀ। ਇਸੇ ਦੌਰਾਨ ਇੱਕ ਮੁਰਗੀ ਥਾਣੇ ਤੋਂ ਮੋਟਰਸਾਈਕਲ ਨੰਬਰ PB 58 86 78 ਪਲਟੀਨਾ ਇਹ ਕਿਸੇ ਨਾਮੀ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ, ਜਿਸ ਤੇ ਆਧਾਰ ਤੇ ਮੁਕਦਮਾ ਨੰਬਰ 135/16/9/24 ਅੰਡਰ ਸੈਕਸ਼ਨ 331 ਸਬ ਸੈਕਸ਼ਨ 4/305 ਭਾਰਤੀ ਨਿਆਂ ਸੰਹਿਤਾ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ। ਸੋ SHO ਦੇਣਾ ਨਗਰ ਨੇ ਇਸ ਚੀਜ਼ ਦੀ ਥੋੜ੍ਹਾ ਇਹਦੇ ਦੌਰਾਨ ਬਣਾਈਆਂ ਤਫਤੀਸ਼ ਕਰਨ ਤੇ ਜਿਹੜਾ ਹੈਗਾ ਇੱਕ ਮੁਕਦਮਾ ਦੋਸ਼ੀ ਰਕੇਸ਼ ਕੁਮਾਰ ਉਰਫ ਦਾਣਾ ਉੱਤੋਂ ਥੁੜੂ ਰਾਮ ਵਾਸੀ ਹੈਬੋਵਾਲ ਥਾਣਾ ਸਦਰ ਪਠਾਨਕੋਟ ਇਹ ਬੰਦਾ ਆਈਡੈਂਟੀਫਾਈ ਹੋਇਆ ਸੀਗਾ। ਇਹ ਚ ਨਾਮਜ਼ਦ ਕੀਤਾ ਇਹਨੂੰ, ਇਹ ਬੰਦੇ ਨੂੰ ਗ੍ਰਿਫਤਾਰ ਕੀਤਾ 16/9/24 ਨੂੰ। ਇਹਦੇ ਨਾਲ ਸਖਤੀ ਨਾਲ ਪੁੱਛਗਿੱਛ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਿਨਾਂ ਨੰਬਰ ਤੋਂ ਬਰਾਂਡ ਹੋਏ ਨੇ, ਜਿਹਨਾਂ ਵਿੱਚੋਂ ਇੱਕ ਨੰਬਰ ਜਿਹੜਾ ਹੈਗਾ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀਗਾ PB 58 F 86 78 ਤੇ ਜਿਹੜੀ ਉਹ ਗੋਲਡ ਸੋਨਾ ਚੋਰੀ ਹੋਇਆ ਸੀਗਾ ਉਹ ਆਈਡੈਂਟੀਫਾਈ ਹੋਏ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਗਈ। ਇਹ ਹੁਣ ਅਰੈਸਟ ਕੀਤੇ ਨੇ, ਅਸੀਂ ਜਾ ਕੇ ਫਰਦਰ ਰਿਮਾਂਡ ਲਵਾਂਗੇ, ਫਰਦਰ ਕੋਸ਼ਿਸ਼ ਕਰਾਂਗੇ, ਫਰਦਰ ਲੈ ਕੇ ਆਵਾਂਗੇ। ਲੱਗਦਾ ਕਿ ਇਸ ਤੋਂ ਹੋਰ ਵੀ ਜਿਹੜੀ ਆ ਮਾਮਲੇ ਦੀ ਚੀਜ਼ ਜਿਹੜੀ ਆ ਮੇਰੀ ਚੋਰੀ ਦੀ ਬਾਤ ਦਾ ਪਤਾ। ਹਾਂ ਨਹੀਂ ਬਿਲਕੁਲ ਬਿਲਕੁਲ, ਇਹਨਾਂ ਰਿਮਾਂਡ ਲੈ ਕੇ ਹੋਰ ਵੀ ਫਰਦਰ ਰੇਂਜ ਦੇ ਚੋਰੀ ਕੀਤੀਆਂ ਜਿਹੜੇ ਹੋਰ ਵੀ ਇਨਵੋਲਵ ਹੋਣੇ ਉਹਨਾਂ ਦਾ ਪਤਾ ਕਰਾਵਾਂਗੇ। An excellent coaching point in IELTS and spoken English, also expert in study and visitor visa, government approved, SS group, session chowk hoshiarpur.